ਸੀ, ਅਸੀਂ ਕਾਦੀਆਂ ਤੋਂ ਆਏ ਹਾਂ। ਅਤੇ ਅੱਜ ਜੋ ਰਮੇਸ਼ ਚੰਦਰ ਜੀ ਦੀ ਡੈਥ ਹੋਈ ਹੈ, ਇਹ ਜੋ ਸਾਡੇ ਉੱਚ ਅਧਿਕਾਰੀਆਂ ਵੱਲੋਂ ਸਾਨੂੰ ਸੂਚਿਤ ਕੀਤਾ ਗਿਆ ਸੀ ਕਿ ਇਹਨਾਂ ਦੇ ਜਿਹੜੇ ਅਸੀਂ ਸੈਂਪਲ ਲਏ ਨੇ ਅਤੇ ਅੱਗੇ ਭੇਜੇ ਨੇ, ਬਟ ਇਹਨਾਂ ਦਾ ਸੰਸਕਾਰ ਜੋ ਹੈ ਉਹ ਫਿਰ ਵੀ ਮਤਲਬ ਜੋ ਉੱਪਰੋਂ ਸਿਹਤ ਵਿਭਾਗ ਵੱਲੋਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਹੀ ਕੀਤਾ ਜਾਏ, ਭਾਵ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਬਹੁਤੇ ਲੋਕ ਨਾ ਇਕੱਠੇ ਹੋਣ ਅਤੇ ਨਾਲ ਹੀ ਉਹਨਾਂ ਦੇ ਪਰਿਵਾਰ ਨੂੰ ਇਕਾਂਤਵਾਸ ਕੀਤਾ ਜਾਏ, ਜਿਹਦੇ ਵਾਸਤੇ ਇਹਨਾਂ ਦੇ ਘਰ ਦੇ ਅੱਗੇ ਸਟਿੱਕਰ ਲਾ ਦਿੱਤੇ ਨੇ, ਪੋਸਟਰ ਲਾ ਦਿੱਤੇ ਨੇ ਇਕਾਂਤਵਾਸ ਦੇ। ਅਤੇ ਫਿਰ ਬਾਕੀ ਜਿਹੜੀ ਰਿਪੋਰਟ ਹੈ ਉਹ ਆਉਣ 'ਤੇ ਹੀ ਪਤਾ ਲੱਗੇਗਾ ਕਿ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ। ਬਾਕੀ ਅਸੀਂ ਪੋਜ਼ਿਟਿਵ ਦੇ ਆਧਾਰ 'ਤੇ ਹੀ ਜਿਹੜੀਆਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੀ ਇਹਨਾਂ ਦਾ ਸੰਸਕਾਰ ਕਰ ਰਹੇ ਹਾਂ। ਅਤੇ ਬਾਕੀ ਅਸੀਂ ਇਹੀ ਕਹਿੰਦੇ ਹਾਂ ਕਿ ਇਹਨਾਂ ਦੇ ਪਰਿਵਾਰ ਨੂੰ ਅਤੇ ਮੁਹੱਲੇ ਨੂੰ ਕਿ ਸਾਰੇ ਜਾਣੇ ਜਿਹੜੇ ਨੇ ਉਹ ਮਾਸਕ ਪਹਿਣ ਕੇ ਰੱਖਣ, ਘਰੋਂ ਬਾਹਰ ਨਾ ਆਉਣ ਜਿੰਨਾ ਚਿਰ ਤੱਕ ਕੋਈ ਰਿਪੋਰਟ ਨਹੀਂ ਆਉਂਦੀ।